ਡੇਟ ਰਿਪੋਰਟ ਵਿਦ ਡਾਕਟਰ ਨਬਦੀਪ ਸ਼ਰਮਾ 글로बली ਰੈਨਾਉਂਡ ਆਯੁਰਵੇਦਿਕ ਹੀਲਰ ਜਸ ਪੰਜਾਬੀ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸ਼ਾਸਤਰੀਕਾਲ ਜੀ ਅਕਸਰ ਅੱਜਕੱਲ ਆਪਾਂ ਲੋਗ ਅਗਰ ਕਿਸੇ ਵੀ ਕਾਰਨ ਕਰਕੇ ਅਲਟਰਾਸਾਉਂਡ ਸਕੈਨ ਕਰਵਾਣ ਜਾਈਏ ਤੇ ਉਹਦੇ ਚ ਦੇਖਨ ਨੂੰ ਆਂਦਾ ਵੈ ਫੈਟੀ ਲੀਵਰ ਬਹੁਤ ਵਾਰ ਵਿਊਅਰਸ ਤੇ ਮੇਰੇ ਪੇਸ਼ੈਂਟਸ ਮੈਨੂੰ ਪੁੱਛਦੇ ਨੇ ਇਹ ਫੈਟੀ ਲੀਵਰ ਕੀ ਹੈ ਬੜੀ ਹੀ ਕਾਮਨ ਜੀ ਮੈਂ ਜਵਾਬ ਉਹਨਾਂ ਦੇਣਾ ਜੀ ਕਿ ਜਿਸ ਤਰ੍ਹਾਂ ਅਗਰ ਇੱਕ ਬੰਦਾ ਲੇਥਾਰਜਿਕ ਹੋ ਜਾਏ एक्सरसाइज ਕਰਨੀ ਘਟਾ ਦੇਵੇ ਡਾਈਟ ਖਰਾਬ ਲੈਣੀ ਸ਼ੁਰੂ ਕਰ ਦੇਤੇ ਉਹਦਾ ਭਾਰ ਵੱਧ ਜਾਂਦਾ ਵੈ ਤੇ ਉਹ ਫੈਟੀ ਪਰਸਨ ਬਣ ਜਾਂਦਾ ਵੈ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਲੀਵਰ ਸਾਡਾ ਲਿਥਾਰਜਿਕ ਹੋ ਜਾਵੇ ਕੰਮ ਕਰਨਾ ਘਟਾ ਦੇਵੇ ਤੇ ਉਹ ਫੈਟੀ ਲੀਵਰ ਹੋ ਜਾਂਦਾ ਵੈ ਔਰ ਇਹ ਬਿਲਕੁਲ ਠੀਕ ਗੱਲ ਹੈ ਜੀ ਜਦੋਂ ਸਾਡੇ ਫੌਲਟੀ ਲਾਈਫਸਟਾਈਲ ਕਰਕੇ ਗਲਤ ਖਾਣ ਪੀਣ ਕਰਕੇ ਹਿਪੇਟੋਸਾਈਟਸ ਜਿਹੜੇ ਨੇ ਸਾਡੇ ਲੀਵਰ ਦੇ ਜਿਹੜੇ ਸੈਲਸ ਨੇ ਉਹ ਇਨਐਕਟਿਵ ਹੋਣੇ ਸ਼ੁਰੂ ਹੋ ਜਾਣ ਫੈਟ ਡੈਪੋਜ਼ੀਸ਼ਨ ਹੋ ਜਾਏ ਉਹਨਾਂ ਦੇ ਉੱਪਰ ਤੇ ਉਹ ਫੈਟੀ ਲੀਵਰ ਹੈ ਹੈ ਇੱਕ ਛੋਟੀ ਜੀ ਚੀਜ਼ ਜਿਹਨੂੰ ਆਪਾਂ ਸਿਰਫ ਵਾਕ ਕਰਨ ਨਾਲ ਹੀ ਠੀਕ ਕਰ ਸਕਦੇ ਆ ਨਾਰਮਲ ਕਿਚਨ ਦੇ ਅੰਦਰ ਪਾਏ ਜਾਣ ਵਾਲੇ ਜੀਰੇ ਤੇ ਜਵੈਨ ਨਾਲ ਹੀ ਠੀਕ ਕਰ ਸਕਦੇ ਆ ਕਿਉਂਕਿ ਕਰਨਾ ਕੀ ਹੈ ਅਗਰ ਫੈਟੀ ਲੀਵਰ ਆ ਗਿਆ ਵੈ ਜੀਰਾ ਲੈਣਾ ਵੈ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲੇ ਭੁੰਨ ਕੇ ਜਵੈਨ ਲੈਣੀ ਹੈ ਖਾਣਾ ਖਾਣ ਤੋਂ ਬਾਅਦ ਜੀਰਾ ਤੇ ਜਵੈਨ ਦੋ ਐਸੀਆਂ ਚੀਜ਼ਾਂ ਨੇ ਜਿਹੜੀਆਂ ਫੈਟੀ ਲੀਵਰ ਨੂੰ ਦੂਰ ਭਜਾ ਸਕਦੀਆਂ ਨੇ ਲੇਕਿਨ ਇਹੀ ਫੈਟੀ ਲੀਵਰ ਅਗਰ ਇਗਨੋਰ ਕਰਤਾ ਜਾਏ ਤੇ ਇਹਦੇ ਗ੍ਰੇਡਸ ਵਧ ਜੰਦਾ ਵਾ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਔਰ ਕਿਸੇ ਸਟੇਜ ਤੇ ਜਾ ਕੇ ਗੰਭੀਰ ਰੋਗ ਫਾਈਬਰੋਸਿਸ ਤੇ ਸਿਰੋਸਿਸ ਵੀ ਕਰ ਸਕਦਾ ਵਾ ਐਸੇ ਕਰਕੇ ਮੇਰੀ ਰਿਕਵੈਸਟ ਹੈ ਵੀਵਰਸ ਨੂੰ ਅਗਰ ਆਪਾਂ ਦੇਖ ਪਾ ਰਹੇ ਆ ਕਿ ਅਲਟਰਾਸਾਉਂਡਸ ਸਕੈਨ ਦੇ ਅੰਦਰ ਫੈਟੀ ਲੀਵਰ ਆਇਆ ਵਾ ਇਹਦਾ ਮਤਲਬ ਪਹਿਲਾ ਸਟੈਪ ਵਾਕ ਸ਼ੁਰੂ ਕਰ ਦੋ ਜੀ ਬਹੁਤ ਜ਼ਰੂਰੀ ਹੈ ਦੂਸਰਾ ਗਰਮ ਪਾਣੀ ਸ਼ੁਰੂ ਕਰ ਦੋ ਬਹੁਤ ਜ਼ਰੂਰੀ ਹੈ ਖਾਨ ਤੋਂ ਪਹਿਲੇ ਜੀਰਾ ਪੁੰਨ ਕੇ ਖਾਓ ਖਾਨ ਤੋਂ ਬਾਅਦ ਜਵੈਨ ਲਓ ਔਰ ਯਾਦ ਰੱਖੋ ਫੈਟੀ ਲੀਵਰ ਬਹੁਤ ਛੋਟੀ ਚੀਜ਼ ਹੈ ਲੇਕਿਨ ਅਗਰ ਤੁਹਾਨੂੰ ਲੱਗ ਰਿਹਾ ਵੈ ਕਿ ਇਹ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ ਕਾਫੀ ਦਿਨ ਤੋਂ ਤੁਸੀਂ ਇਲਾਜ ਵੀ ਕਰਵਾ ਰਹੇ ਹੋ ਫੇਰ ਵੀ ਫੈਟੀ ਲੀਵਰ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਬਣਿਆ ਹੋਇਆ ਵੈ ਉਹਨੂੰ ਇਗਨੋਰ ਨਹੀਂ ਕਰਨਾ ਤੁਹਾਡੀ ਸਕਰੀਨ ਦੇ ਉੱਪਰ ਸਾਡੇ ਨੰਬਰ ਆ ਰਹੇ ਨੇ ਇੱਕ ਟੋਲ ਫਰੀ ਨੰਬਰ ਹੈ 24 ਘੰਟੇ ਸਾਡੇ ਡਾਕਟਰਸ ਦੇਤੇ ਅਵੇਲੇਬਲ ਨੇ ਦੂਸਰਾ ਸਾਡਾ ਵਟਸਐਪ ਨੰਬਰ ਹੈ ਆਪਣਾ ਅਲਟਰਾਸਾਉਂਡ ਸਕੈਨ ਸਾਨੂੰ ਇਮੀਡੀਏਟਲੀ ਫਾਰਵਰਡ ਕਰੋ ਨਾਲ ਹੀ ਐਵੀ ਲਿਖ ਕੇ ਭੇਜੋ ਕਿ ਕੀ ਐਸ ਫੈਟੀ ਲਿਵਰ ਕਰਕੇ ਤੁਹਾਨੂੰ ਬਦਜਮੀ ਖਟੇ ਡਕਾਰ ਆਣਾ ਕੌਨਸਟਿਪੇਸ਼ਨ ਇਹੋ ਜੀ ਕੋਈ ਪ੍ਰੋਬਲਮ ਆ ਰਹੀ ਹੈ ਐਪ ਡਿਟੇਲਸ ਤੁਸੀਂ ਸਾਨੂੰ ਜਦ ਭੇਜੋਗੇ ਸਾਡੇ ਡਾਕਟਰਸ ਤੁਹਾਨੂੰ ਐਡਵਾਈਸ ਕਰਨਗੇ ਕਿ ਕੀ ਤੁਹਾਨੂੰ ਕਿਸੇ ਦਵਾਈ ਦੀ ਲੋੜ ਹੈ या के नॉर्मल घरेलू नुस्खे तो ठीक कर लिया ले जाएगा लेकिन जरूरी है एक दूजे के नाल मिल के इस फैटी लीवर न जड़ों ठीक करना सत श्रीकाल जी ज्वाइन डॉक्टर नवदीप शर्मा ग्लोबली रेनाउंड आयुर्वेदिक हीलर लाइव एन चल वे जगी दे ट्वेंटी फिफ्थ में टेन थर्टी पी एम ई एस टी ओनली ऑन चैनल